Police in India fired tear gas shells at crowds of protesting farmers as they began their march to New Delhi to protest crop prices. ये मोटी मोटी कीलें लगाई गई हैं उस रास्ते में जिस रास्ते से ये प्रस्तावित है कि किसान मार्च करेंगे। इस तो पहला कि तुसी फार्मर्स नु कहो इता वेले ने इता धरना लगा लेंदे ने या टेररिस्ट या खालिस्तानी तो चलो तुसी कह ही देना ता इस तो पहला तुहानू पता होना जरूरी है कि फार्मर्स प्रोटेस्ट ते बैठे क्यों ने। फार्मर्स दीआं मेन तीन ही मंगां ने एंड वो भी कोई नवीआं नहीं है। सरकार ने जदों पिछली बारी बैक स्टेप कीता तीन काले कानून वापस लए तां उन्होंने कहा सीगा कि MSP दे उत्ते ਬਹੁਤ ਤੇਜ਼ੀ ਦੇ ਨਾਲ ਕੰਮ ਕੀਤਾ ਜਾਊਗਾ। MSP 'ਤੇ ਕੋਈ ਕੰਮ ਨਹੀਂ ਕੀਤਾ ਗਿਆ। ਸੋ ਇੰਨੀ ਦੇਰ ਵੇਟ ਕਰਨ ਤੋਂ ਬਾਅਦ ਫਾਰਮਰਸ ਨੇ ਇਹ ਡਿਸੀਜਨ ਲਿਆ ਕਿ ਹੁਣ ਅਸੀਂ ਪ੍ਰੋਟੈਸਟ ਕਰਾਂਗੇ। ਦੂਸਰੀ ਵੱਡੀ ਮੰਗ ਆ ਲੋਨ ਵੇਵਰ ਦੀ, ਕਰਜ਼ਾ ਮਾਫ਼ ਕਰਨ ਦੀ। ਵੈਸੇ ਜੇ ਦੇਖਿਆ ਜਾਵੇ ਤਾਂ ਕਰਜ਼ਾ ਮਾਫ਼ ਇੱਦਾਂ ਨਹੀਂ ਕੀਤਾ ਜਾ ਸਕਦਾ, ਹੋਣਾ ਵੀ ਨਹੀਂ ਚਾਹੀਦਾ। ਤੁਸੀਂ ਕਰਜ਼ਾ ਲਿਆ ਐਂਡ ਤੁਹਾਡੀ ਡਿਊਟੀ ਬਣ ਗਈ ਕਿ ਤੁਸੀਂ ਉਹਨੂੰ ਵਾਪਸ ਵੀ ਕਰੋ। ਪਰ ਜੇ ਅਸੀਂ ਧਿਆਨ ਦੇ ਨਾਲ ਦੇਖੀਏ, ਜੇ ਅਸੀਂ ਇਹ ਕਹਿੰਦੇ ਹਾਂ ਕਿ ਕਰਜ਼ਾ ਮਾਫ਼ ਨਹੀਂ ਹੋਣਾ ਚਾਹੀਦਾ, ਜੋ ਮੈਂ ਵੀ ਹੁਣੇ ਕਹਿ ਕੇ ਆਇਆ, ਤਾਂ ਫਿਰ ਕਿਸੇ ਦਾ ਵੀ ਕਰਜ਼ਾ ਨਹੀਂ ਮਾਫ਼ ਹੋਣਾ ਚਾਹੀਦਾ, ਨਾ ਕਿਸੇ ਕਾਰਪੋਰੇਟ ਦਾ, ਨਾ ਕਿਸੇ ਫਾਰਮਰ ਦਾ, ਨਾ ਕਿਸੇ ਅਡਾਨੀ ਦਾ, ਅਤੇ ਨਾ ਕਿਸੇ ਅੰਬਾਨੀ ਦਾ। ਪਰ ਡੂ ਯੂ ਨੋ, ਆਮ ਸ਼ੋਰ ਤੁਹਾਨੂੰ ਪਤਾ ਨਹੀਂ ਹੋਣਾ, ਪਿਛਲੇ 10 ਸਾਲਾਂ ਦੇ ਵਿੱਚ ਚੁੱਪ ਚਾਪ ਸਰਕਾਰ ਨੇ 7 ਲੱਖ ਕਰੋੜ ਦੇ ਕਰਜ਼ੇ ਕਾਰਪੋਰੇਟਸ ਦੇ ਮਾਫ਼ ਕੀਤੇ ਨੇ। ਐਂਡ ਇਹਦੇ ਲਈ ਉਹ ਟਰਮ ਯੂਜ਼ ਕਰਦੇ ਨੇ ਰਾਈਟ ਆਫ। ਇੰਗਲਿਸ਼ 'ਚ ਟਰਮ ਸਾਨੂੰ ਥੋੜ੍ਹੀ ਜਿਹੀ ਸਫਿਸਟੀਕੇਟਡ ਲੱਗਦੀ ਆ ਐਂਡ ਉਹ ਚੀਜ਼ ਥੋੜ੍ਹੀ ਜਿਹੀ ਵਧੀਆ ਹੋ ਜਾਂਦੀ ਹੈ, ਨਿਖਰ ਜਾਂਦੀ ਆ। ਸੋ ਦੇ ਸੇ ਕਿ ਅਸੀਂ ਰਾਈਟ ਆਫ ਕਰਤਾ ਉਹਨਾਂ ਦਾ ਲੋਨ, ਬੇਸਿਕਲੀ ਹੋਇਆ ਕੀ ਆ, ਉਹਨਾਂ ਦਾ ਲੋਨ ਮਾਫ਼ ਹੋਇਆ। ਸੋ 7 ਲੱਖ ਕਰੋੜ ਜੇ ਕਾਰਪੋਰੇਟਸ ਦਾ ਮਾਫ਼ ਹੋ ਸਕਦਾ ਤਾਂ ਫਾਰਮਰਸ ਦੇ ਲੋਨ ਵੀ ਮਾਫ਼ ਹੋ ਸਕਦੇ ਨੇ। ਜੈ ਜਵਾਨ ਜੈ ਕਿਸਾਨ ਤਾਂ ਕਿਹਾ ਜਾਂਦਾ, ਪਰ ਜਵਾਨਾਂ ਦੇ ਨਾਮ 'ਤੇ ਵੀ ਵੋਟ ਹੀ ਮੰਗੀ ਜਾਂਦੀ ਹੈ ਅਤੇ ਕਿਸਾਨਾਂ ਦੇ ਨਾਮ 'ਤੇ ਵੀ ਵੋਟ ਹੀ ਮੰਗੀ ਜਾਂਦੀ ਹੈ। ਜੈ ਕਿਸੇ ਹੋਰ ਦੀ ਹੋਰ ਹੀ ਹੁੰਦੀ ਆ ਅੰਦਰ, ਇਫ ਯੂ ਨੋ ਵਟ ਆਈ ਮੀਨ। ਥਰਡ, ਉਹਨਾਂ ਦੀ ਮੰਗ ਆ ਕਿ MS ਸਵਾਮੀਨਾਥਨ ਦੀ ਜਿਹੜੀ ਰਿਪੋਰਟ ਆ ਉਹ ਲਾਗੂ ਹੋਣੀ ਚਾਹੀਦੀ ਹੈ। MS ਸਵਾਮੀਨਾਥਨ ਨੂੰ ਭਾਰਤ ਰਤਨ ਦੇ ਨਾਲ ਤਾਂ ਅਸੀਂ ਸਨਮਾਨਿਤ ਕਰਤਾ, ਬਟ ਉਹਨਾਂ ਦੀ ਰਿਪੋਰਟ ਨੂੰ ਭਾਰਤ ਰਤਨ ਨਹੀਂ ਦਿੱਤਾ ਗਿਆ, ਉਹਨਾਂ ਦੀ ਰਿਪੋਰਟ ਨੂੰ ਗ੍ਰੀਨ ਸਿਗਨਲ ਨਹੀਂ ਦਿੱਤਾ ਗਿਆ। ਇਹੀ ਤਿੰਨ ਮੰਗਾਂ ਨੇ, ਤੁਸੀਂ ਮੰਨ ਲਓ ਫਾਰਮਰਸ ਵਾਪਸ ਆ ਜਾਣਗੇ। ਐਂਡ ਇਹ ਤਿੰਨੋਂ ਮੰਗਾਂ ਦੇ ਵਿੱਚ ਜੇ ਤੁਹਾਨੂੰ ਕੁਛ ਨਜਾਇਜ਼ ਲੱਗਦਾ ਤਾਂ ਤੁਸੀਂ ਕਮੈਂਟ ਬਾਕਸ 'ਚ ਦੱਸ ਵੀ ਸਕਦੇ ਹੋ। ਆ ਖਾਲਿਸਤਾਨ ਖੁਲਸਾਨ ਵਾਲੇ ਕਮੈਂਟ ਤਾਂ ਤੁਸੀਂ ਕਰਨੇ ਹੀ ਹੁੰਦੇ ਨੇ, ਕਰਦੇ ਰਹੋ। ਬਾਕੀ ਇਨ ਦੀ ਐਂਡ ਜਿਹੜੇ ਦਰਿਆਵਾਂ ਨੂੰ ਬੰਨ ਲਾ ਸਕਦੇ ਨੇ ਉਹਨਾਂ ਨੂੰ ਕਿੱਲਾਂ ਛਿੱਲਾਂ ਨਹੀਂ ਰੋਕ ਸਕਦੀਆਂ।